ராட்சசி காம பரந்தாய் ராட்சசி கோஷம் புனியாய் வெச்சலாகதாய் கேதிஷுடி வெட்கச்சலாய சரகம வெட்கிலான பட்டே வெட்கனே பகாபி அஸ்லி நக்கர்முவினா நீசி ராட்சசி வே ஜலத ஜல காம வெட்கிலான ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਨੌਕਰ ਰੱਖ ਕੇ ਕੰਮ ਕਰਨ ਨੂੰ ਆਪਾਂ ਬਹੁਤ ਜ਼ਿਆਦਾ ਵਧੀਆ ਨਹੀਂ ਮੰਨ ਸਕਦੇ, ਪਰ ਆਪਣੇ ਘਰਾਂ ਦੇ ਵਿੱਚ ਚਾਹੁੰਦਾ ਮੈਂ ਕਦੇ ਵੀ ਕੰਮ ਦੇ ਵਿੱਚ ਸ਼ਰਮ ਮਹਿਸੂਸ ਨਹੀਂ ਕੀਤੀ। ਹਮੇਸ਼ਾ ਪੱਠੇ ਵੱਢਣ ਤੋਂ ਲੈ ਕੇ ਕੁਦਰਤ ਤੱਕ ਦਿੰਦਾ ਪਾਉਣੇ ਸਾਰਾ ਕੰਮ ਆਪਣੇ ਹੱਥੀਂ ਆਉਂਦਾ। ਉਸ ਤੋਂ ਬਾਅਦ ਅਸੀਂ ਮਸ਼ਰੂਮ ਦੇ ਕੰਮ ਨੂੰ ਲਾਏ। ਅਸੀਂ ਸੁਣਿਆ ਸੀ ਕਿ ਗੁੰਬਾਂ ਦੀ ਖੇਤੀ ਦੇ ਵਿੱਚੋਂ ਬਹੁਤ ਜ਼ਿਆਦਾ ਵਧੀਆ ਜਿਹੜਾ ਮੁਨਾਫਾ ਮਿਲਦਾ, ਪਰ ਸਾਨੂੰ ਉਦੋਂ ਉਹਦੇ 'ਤੇ ਬਹੁਤ ਜ਼ਿਆਦਾ ਨੌਲੇਜ ਨਹੀਂ ਸੀ। ਅਸੀਂ ਵੀ ਆਮ ਤੁਹਾਡੇ ਵਾਂਗੂ ਕਿਸਾਨ ਸੀ, ਸ਼ਹਿਰਾਂ ਦੇ ਵਿੱਚ ਕਦੇ ਕਦੇ ਦੁਕਾਨ 'ਤੇ ਜਾ ਕੇ ਬੀਜ ਲੱਭ ਕੇ ਕਰਦੇ ਸੀ ਗੁੰਬਾਂ ਦਾ ਬੀਜ ਕਿੱਥੋਂ ਮਿਲਦਾ। ਉਦੋਂ ਸਾਨੂੰ ਇਹ ਨਹੀਂ ਸੀ ਪਤਾ ਹੁੰਦਾ ਵੀ ਗੁੰਬਾਂ 'ਤੇ ਫੰਗਸ ਹੁੰਦੀ ਆ, ਬੀਜ ਨਹੀਂ ਹੁੰਦਾ। ਫਿਰ ਇੱਕ ਟੀਚਰ ਬੁੱਕ ਮਿਲੀ ਸਾਨੂੰ, ਬੁੱਕ ਤੋਂ ਪੜ੍ਹ ਕੇ ਪਤਾ ਲੱਗਿਆ ਕਿ ਜਿਹੜਾ ਗੁੰਬਾਂ ਨੂੰ ਉਗਾਉਣ ਵਾਸਤੇ ਆਪਾਂ ਨੂੰ ਫੰਗਸ ਵੀ ਜ਼ਰੂਰ ਹੁੰਦਾ ਲਾ ਕੇ ਬੀਜ। ਪਹਿਲੇ ਸਾਲ ਅਸੀਂ 5 ਕੁਇੰਟਲ ਮੂਲੀ ਦਾ ਕੰਮ ਸ਼ੁਰੂ ਕੀਤਾ, ਜਿਹਦੇ ਵਿੱਚ ਅਸੀਂ ਕੋਈ ਨੌਕਰ ਕੋਈ ਦਿਹਾੜੀ ਕੁਛ ਨਹੀਂ ਕਰਦਾ। ਮੈਂ ਅਤੇ ਮੇਰੇ ਘਰ ਵਾਲੇ ਨੇ ਸੀ, ਉਹਨਾਂ ਨੇ ਆਪਣੇ 5 ਕੁਇੰਟਲ ਮੂਲੀ ਤੋਂ ਪੋਸਟ ਪਾ ਦਿੱਤਾ ਕਰਕੇ ਅਸੀਂ ਜਿਹੜਾ ਸ਼ੁਰੂ ਕਰਨਾ ਸ਼ੁਰੂ ਕੀਤਾ। ਔਰ ਪਹਿਲੇ ਸਾਲ ਇੰਨਾ ਜ਼ਿਆਦਾ ਸਕਸੈਸਫੁਲ ਸਾਡਾ ਕੰਮ ਹੋਇਆ ਕਿ ਅਗਲੀ ਵਾਰੀ ਸਾਡਾ ਹੌਸਲਾ ਹੋਈ ਜਾ ਰਿਹਾ ਗਿਆ। ਅਤੇ ਉਸ ਤੋਂ ਬਾਅਦ ਮੁੜ ਕੇ ਵੀ ਅਸੀਂ ਕਦੇ ਪਿੱਛੇ ਮੁੜ ਕੇ ਦੇਖਿਆ। ਫਿਰ ਤੂੜੀ ਦੇ ਨਾਲ ਨਾਲ ਪਰਾਲੀ, ਹੁਣ ਇੱਥੇ ਗੱਲ ਆਉਂਦੀ ਹੈ ਪਰਾਲੀ ਦੀ। ਆਪਾਂ ਨੂੰ ਜਲ ਸਭ ਤੋਂ ਵੱਡੀ ਸਮੱਸਿਆ ਤੇ ਪਰਾਲੀ ਦੀ ਬਣੀ ਹੋਈ ਹੋਈ ਆ, ਜਿਹਨੂੰ ਆਪਾਂ ਆਪਣੇ ਕੰਮ ਲਈ ਵਰਤ ਸਕਦੇ ਹਾਂ, ਪੂਰਾ ਪਰਿਵਾਰ ਕੰਮ ਵੀ ਲੱਗਦਾ, ਔਰ ਜਿਹੜੀ ਇਹ ਰਹਿੰਦ ਖੂੰਹਦ ਹੈ ਇਹਨੂੰ ਵੀ ਆਪਾਂ ਕੰਮ ਲੱਗ ਸਕਦੇ ਹਾਂ। ਇਹਦੇ ਲਈ ਆਪਾਂ ਨੂੰ ਬਹੁਤ ਵੱਡੀ ਜ਼ਿਆਦਾ ਹਾਰਡ ਵਰਕ ਵੀ ਜਾਂ ਬਹੁਤ ਜ਼ਿਆਦਾ ਮਸ਼ੀਨਰੀ ਦੀ ਜ਼ਰੂਰਤ ਨਹੀਂ ਪੈਂਦੀ। ਸਾਫ਼ ਸੁਥਰੀ ਸੁੱਕੀ ਪਰਾਲੀ ਇਕੱਠਾ ਕਰਕੇ ਉਤਰਾ ਬਣਾ ਲਓ, ਉਤਰਾ ਬਣਾ ਕੇ ਤਾਂ ਗਰਮ ਲਾ ਦੇ ਸਕਦਾ। ਉਸ ਤੋਂ ਬਾਅਦ ਆਪਾਂ ਲੋੜ ਅਨੁਸਾਰ ਕਿੰਨੀ ਸਕੇਅਰ ਜਗ੍ਹਾ ਆਪਣੀ ਹੋਈ ਹੈ, ਆਪਾਂ ਜਿਹੜੀਆਂ ਨੇ ਕਈ ਲੋੜ ਪੈਦਾ ਹੋਈ ਹੈ, ਕਿੰਨੀ ਜਗ੍ਹਾ ਆਪਾਂ ਬਚਾਉਂਦਾ ਹੈ, ਉਹ ਹਿਸਾਬ ਦੇ ਨਾਲ ਉਹਨੂੰ ਤਿਆਰ ਕਰ ਸਕਦੇ ਹਾਂ, ਉਹਨੂੰ ਖਾਦ ਦੇ ਤੌਰ ਤੇ ਲੈ ਸਕਦੇ ਹਾਂ। ਪਰਾਲੀ ਹੁੰਦਾ ਖੁੰਬਾਂ ਦੇ ਵਿੱਚ ਇੱਕ ਗੱਲ ਹੋਗਾ ਕਿ ਆਪਾਂ ਪਰਿਵਾਰ ਦੇ ਵਿੱਚ ਛੋਟੇ ਬੱਚੇ ਤੋਂ ਲੈ ਕੇ ਬੁੱਢੇ ਤੱਕ ਹਰ ਕੋਈ ਇਹਦੇ ਵਿੱਚ ਮਦਦ ਕਰ ਸਕਦਾ, ਜਿਵੇਂ ਕਿ ਮੇਰਾ ਪਰਿਵਾਰ ਕਰ ਰਿਹਾ। ਮੇਰੀਆਂ ਬੇਟੀਆਂ ਨੇ, ਵੱਡੀ ਬੇਟੀ ਮੇਰੀ ਹੁਣ ਆਸਟ੍ਰੇਲੀਆ 'ਚ BSC ਕਰ ਰਹੀ ਹੈ, ਪਰ ਉਹ ਬਹੁਤ ਛੋਟੀ ਸੀ ਜਦ ਉਹ ਸਾਡੇ ਨਾਲ ਕੰਮ ਕਰਦੀ ਸੀ। ਛੋਟੀਆਂ ਬੇਟੀਆਂ 5th ਦੇ ਵਿੱਚ ਹੈ, 8th ਦੇ ਵਿੱਚ ਹੈ। ਅਤੇ ਬਜ਼ੁਰਗ ਮਾਤਾ ਪਿਤਾ ਜੀ ਨੇ, ਜੇ ਅਸੀਂ ਘਰੇ ਬੈਠੇ ਘਰੇ ਨਹੀਂ ਵੀ ਹੁੰਦੇ ਤਾਂ ਸਾਡੇ ਮਾਤਾ ਪਿਤਾ ਜੀ ਜਾਂ ਸਾਡੇ ਬੱਚੇ ਪਿੱਛੋਂ ਪੂਰਾ ਹੈਂਡਲ ਕਰ ਲੈਣ ਵਾਸਤੇ ਉਹਨਾਂ ਦਾ ਫੰਡਿੰਗ ਕਰਕੇ ਸਫਾਈ ਕਰਕੇ ਪੂਰਾ ਹੈਂਡਲ ਕਰ ਲੈਂਦੇ। ਇਹਦੇ ਲਈ ਬਹੁਤ ਜ਼ਿਆਦਾ ਵੱਡੀ ਪੜ੍ਹਾਈ ਦੀ ਜਾਂ ਸਿੱਖਿਆ ਦੀ ਜ਼ਰੂਰਤ ਹੁੰਦੀ। ਹਾਂ, ਟਾਈਮ ਟਾਈਮ 'ਤੇ ਆਪਾਂ ਨੂੰ ਕੇਵੀ ਕੇ ਦਾ ਜ਼ਰੂਰ ਚੁੱਕਣਾ ਚਾਹੁੰਦਾ। ਹੁਣ ਵੀ ਜਿਵੇਂ ਸਤੰਬਰ ਜਾਂ ਅਕਤੂਬਰ ਦੇ ਵਿੱਚ ਟ੍ਰੇਨਿੰਗ ਲੱਗੇਗੀ, ਇੱਥੇ ਕੇਵੀ ਕੇ ਦੇ ਵਿੱਚ 3 ਤੋਂ 5 ਦਿਨ ਦੀ ਟ੍ਰੇਨਿੰਗ ਹੁੰਦੀ ਆ, ਉਹ ਆਪਾਂ ਟ੍ਰੇਨਿੰਗ ਲਾਈਏ, ਇੱਕ ਬਹੁਤ ਵਧੀਆ ਜਿਹੜਾ ਇਨਕਮ ਪੈਦਾ ਕਰ ਸਕਦੇ ਹਾਂ, ਰਹਿਣ ਖੁੰਦਰੂ ਵੀ ਆਪਾਂ ਸਹੀ ਢੰਗ ਨਾਲ ਕਰ ਸਕਦੇ ਹਾਂ। ਕੇਵੀ ਕੇ 2005 ਦੇ ਵਿੱਚ ਹੁਣ ਚਾਹਿਆ, 2005 ਤੋਂ ਅਸੀਂ ਕੇਵੀ ਕੇ ਦੇ ਨਾਲ ਟੈਂਸ਼ਨ ਲਾ। ਫਿਰ ਅਸੀਂ ਕਦੇ ਖੁੰਬਾਂ 'ਤੇ ਨਹੀਂ ਰਹਿ ਗਏ, ਫਿਰ ਅਸੀਂ ਖੁੰਬਾਂ ਤੋਂ ਅਚਾਰ ਬਣਾਉਣਾ ਸ਼ੁਰੂ ਕੀਤਾ। ਖੁੰਬਾਂ ਦਾ ਅਚਾਰ ਜਿਹੜਾ ਅੱਜ ਸਾਡਾ ਮਾਰਕੀਟ ਵਿੱਚ ਬਹੁਤ ਵੱਡੀ ਡਿਮਾਂਡ ਕਰ ਚੁੱਕਿਆ ਹੈ, ਜਿਹਦੇ ਵਿੱਚ ਅਸੀਂ ਮੇਲਿਆਂ ਦੇ ਵਿੱਚ ਮੇਰੀਆਂ ਸਟਾਲਾਂ ਵੀ ਲੱਗਦੀਆਂ ਰਹੀਆਂ ਹੈ। ਹੁਣ ਵੀ ਜਾਏਗਾ, ਹੁਣ ਵੀ ਅਚਾਰ ਔਡਰ 'ਤੇ ਤਿਆਰ ਹੁੰਦੇ ਨੇ। ਅਚਾਰ ਤਾਂ ਹੁਣ ਹੋਰ ਵੀ ਬਹੁਤ ਕਿਸਮ ਦੇ, ਮਟਰ ਦਾ ਅਚਾਰ, ਕਟਹਲ ਦਾ ਅਚਾਰ ਬਣਾ ਰਹੇ ਹਾਂ। ਉਹਦੇ ਲਈ ਇਹ ਹੈ ਕਿ ਤੁਹਾਡੀਆਂ ਲੇਡੀਜ਼ ਨੇ ਘਰ ਦੇ ਵਿੱਚ, ਭੈਣਾਂ ਨੇ, ਬੀਬੀਆਂ ਨੇ, ਉਹਨਾਂ ਨੂੰ ਵੀ ਥੋੜ੍ਹਾ ਥੋੜ੍ਹਾ ਸਹਿਯੋਗ ਦੇਣਾ ਪਊਗਾ, ਥੋੜ੍ਹੀ ਟ੍ਰੇਨਿੰਗ ਲੈਣੀ ਪਊਗੀ। ਆਪਾਂ ਇੱਕ ਕੰਮ ਦੇ ਨਾਲ ਨਾਲ ਹੋਰ ਅਨੇਕਾਂ ਹੀ ਕੰਮ ਕਰ ਸਕਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਚਾਂਸ ਜ਼ਰੂਰਤ ਨਹੀਂ ਪੈਂਦੀ। ਲੇਡੀਜ਼ਾਂ ਇਕੱਲੀਆਂ ਨੂੰ ਹੈਂਡਲ ਕਰ ਲੈਂਦੀਆਂ। ਹਾਂ, ਅਗਰ ਛੋਟੇ ਕਿਸਾਨ ਹੈ, ਥੋੜ੍ਹੀ ਪ੍ਰੋਬਲਮ ਆਉਂਦੀ ਆ, ਬੰਦਿਆਂ ਦੀ ਪ੍ਰੋਬਲਮ ਆਉਂਦੀ ਆ ਜ਼ਿਆਦਾ ਹਾਰਡ ਵਰਕ ਕਰਨ ਦੇ ਵਿੱਚ, ਜਿੱਦਾਂ ਪਲਟਾਂ ਕਰਨੀਆਂ, ਖੱਤ ਤਿਆਰ ਕਰਨੀਆਂ ਖੁੰਬਾਂ ਦੀ, ਤਾਂ ਆਪਾਂ 3-4 ਜ਼ਿਮੀਦਾਰ ਜਿਹੜੇ ਆ ਰੱਖ ਸਕਦੇ ਹਾਂ, 3-4 ਜ਼ਿਮੀਦਾਰ ਰਲ ਕੇ ਖੁਦ ਕੰਪੋਸਟ ਖਾਦ ਤਿਆਰ ਕਰ ਸਕਦੇ ਹਾਂ, ਇੱਕ ਸਾਂਝੀ ਜਗ੍ਹਾ ਲੈ ਕੇ ਉਹਦੇ ਵਿੱਚ ਬਿਜਾਈ ਕਰ ਸਕਦੇ ਹੈ, ਕੋਈ ਉਹਦੀ ਮੰਡੀਕਰਨ ਕਰ ਸਕਦਾ, ਕੋਈ ਉਹਨੂੰ ਪਿਟਾਈ ਦੇ ਵਿੱਚ ਹੱਲ ਕਰ ਸਕਦਾ। ਇੱਕ ਗਰੁੱਪ ਦੇ ਵਿੱਚ ਬਣ ਕੇ ਜੇ ਆਪਾਂ ਇਸ ਕੰਮ ਨੂੰ ਤੋਰਨਾ ਹੈ ਤਾਂ ਇਹ ਹੋਰ ਵੀ ਜ਼ਿਆਦਾ ਵਧੀਆ ਹੈ ਮੇਰੇ ਹਿਸਾਬ ਨਾਲ ਜਿਹੜਾ ਹੋ ਸਕਦਾ।